ਅਕੈਡਮੀ ਆਫ ਫਾਈਨ ਆਰਟਸ ਵੱਲੋਂ ਆਰਟ ਗੈਲਰੀ ਦੇ ਵਿਹੜੇ ਦੇ ਵਿੱਚ ਇੱਕ ਸਾਉਣ ਦੇ ਮਹੀਨੇ ਦੀ ਤੀਜ਼ ਜਿਹੜਾ ਹੈ ਪ੍ਰੋਗਰਾਮ ਕਰਵਾਇਆ ਜਾ ਰਿਹਾ, ਜਿਹੜਾ ਕਿ ਰਿਹਰਸਲ ਕਰਵਾਇਆ ਜਾਂਦਾ ਹੈ. ਇਸ ਦੇ ਜਿਹੜਾ ਪ੍ਰੋਗਰਾਮ ਹੈ, ਇਹਦੀ ਕਨਵੀਨਰ ਮੈਂ ਰੇਖਾ ਮਹਾਜਨ. ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਪੰਜਾਬ ਦਾ ਜਿਹੜਾ ਸੱਭਿਆਚਾਰ, ਰੀਤੀ ਰਿਵਾਜ਼ ਜਿਹੜੇ ਖਤਮ ਹੁੰਦੇ ਜਾ ਰਹੇ ਸੀ, ਉਹਦਾ ਜਿਹੜਾ ਜਿੰਮਾ ਹੈ ਇਹ ਆਰਟ ਗੈਲਰੀ ਨੇ ਪਿਛਲੇ 6-7 ਸਾਲਾਂ ਤੋਂ ਚੁੱਕਿਆ, ਅਤੇ ਅੱਜ ਉਹਦੀ ਬਦੌਲਤ ਜਿਹੜਾ ਹੈ ਅੰਮ੍ਰਿਤਸਰ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਇਹ ਤਿਉਹਾਰ ਜਿਹੜਾ ਮਨਾਇਆ ਜਾ ਰਿਹਾ ਹੈ. ਅੱਜ ਸਾਡੇ ਕੋਲ ਜਿਹੜੀਆਂ ਮੁਟਿਆਰਾਂ ਆਈਆਂ ਨੇ, ਉਹ ਪੰਜਾਬੀ ਪੁਰਾਣਾ ਕਲਚਰ 60 ਤੋਂ ਦਹਾਕੇ ਤੋਂ ਪਹਿਲੇ ਦਾ ਅਤੇ 70 ਤੋਂ ਬਾਅਦ ਦਾ, ਅਤੇ ਈਵਨ ਲੇਟੈਸਟ ਸਟੈਪਸ ਜਿਹੜੇ ਨੇ ਉਹ ਵਿੱਚ ਲੈ ਗਏ ਨੇ. ਪਰ ਪੂਰੇ ਦਾ ਪੂਰਾ ਪ੍ਰੋਗਰਾਮ ਜਿਹੜਾ ਹੈ ਇਹ ਸਾਡੇ ਪੰਜਾਬੀ ਕਲਚਰ ਨਾਲ, ਪੰਜਾਬੀ ਵਿਰਸੇ ਦੇ ਨਾਲ ਅਤੇ ਪੰਜਾਬੀ ਚੀਜ਼ਾਂ ਨਾਲ ਜੁੜਿਆ ਹੋਇਆ ਹੈ. ਅੱਜ ਕੁੜੀਆਂ ਜਿਹੜੀਆਂ ਨੇ ਪੂਰੇ ਹੀ ਹਾਰ ਸ਼ਿੰਗਾਰ ਨਾਲ, ਪੰਜਾਬਣਾਂ ਦੇ ਹਾਰ ਸ਼ਿੰਗਾਰ ਨਾਲ ਇਹੋ ਇਹੋ ਜਿਹੀ ਚੀਜ਼ਾਂ ਪਾ ਕੇ ਆਈਆਂ ਨੇ, ਤਵੀਤ ਪਾ ਕੇ ਆਈਆਂ ਨੇ, ਕੈਂਠੇ ਪਾ ਕੇ ਆਈਆਂ ਨੇ, ਪੰਜਾਬੀ ਸੂਟ ਦੇ ਵਿੱਚ ਨੇ, ਔਰ ਖੂਬ ਮਸਤੀ ਨਾਲ ਆਨੰਦ ਲੈ ਰਹੀਆਂ ਨੇ. ਸੋ ਇਹ ਸਾਡੇ ਵਿਰਸੇ ਨੂੰ ਜਿਹੜਾ ਹੈ ਸੰਭਾਲ ਕੇ ਰੱਖੇਗਾ, ਸਾਡੇ ਰੀਤੀ ਰਿਵਾਜ਼ਾਂ ਨੂੰ ਸੰਭਾਲ ਕੇ ਰੱਖੇਗਾ. नारपोली पुलिस स्टेशन के जुरिडिक्शन में भंडारे चाल बोल के एक एरिया है, वहाँ विजय कुमार उर्फ सोनू शमशेर यादव इस इसम की चार पांच छह लोगों ने हत्या करवाई है. ये जो हत्या हो गई है ये उनका पुरानी दुश्मनी की वजह से ये हादसा हो गया है. इसके पहले भी आरोपी और फिरियादी के बीच में 2 साल के पहले मारामारी का मामला दर्ज है. वो मामले के बाद में आरोपी लोगों को अरेस्ट किया था, उनके ऊपर प्रतिबंधक कार्रवाई भी की थी. आज का जो इंसिडेंस हो गया है उसमें जो 5-6 आरोपी है उसमें से एक आरोपी हमारे गिरफ्त में है और बाकी के आरोपियों की तलाश है. अलग अलग टीम्स बना के, दो टीम्स अलग अलग बना के हमने आरोपी लोगों को पकड़ने के लिए कोशिशें जारी है. इसमें कुछ नाम निष्पन्न हुए सर के कौन आरोपी का? आरोपी का नाम है राजू यादव, उसके बाद में प्रमोद यादव, सोनू यादव, बाद में मनका यादव, काशी यादव और राजकुमार पटेल. इनका क्या झगड़ा था, किस वजह से लोग झगड़ रहे थे आपस में? 2 साल के पहले पानी के वजह से, दोनों भी आरोपी और फिरियादी पार्टी पानी का कारोबार करते थे, उसमें से उनका दुश्मनी होके ये आगे चल के इनके बीच में तनाव पैदा होके ये दोनों ग्रुप बनाए बन गए थे. इसमें क्या मामला दर्ज किया सर अभी तक? इसमें सीआर नंबर 326/16, राइटिंग हुई 302 और 37A/135 बॉम्बे पुलिस एक्ट के तहत मामला दर्ज है और आगे का इन्वेस्टिगेशन चालू है. तो मैया दे रहा, वो दुकान से चाइनीज खाके निकला, चाइनीज खाके गाड़ी पे बैठने जैसा गया ना, तो उस पे राजू यादव एक है, राजकुमार पटेल और इसके घर वाले, राजू यादव के घर वाले, ये लोग मतलब ऐसा देखे वो लोग थे, मतलब बैठा हुआ देखे, तो ये लोग क्या फिर सेटिंग में आए, चॉपर लिए, वो सब तलवार वाला लेके आए. उसके बाद जैसे बैठना चालू, वो खा के जैसे गाड़ी पे चालू करने बैठा तो वो लोग देख ही रहे थे और उसने उसका डायरेक्ट गला ही काट दिया. गले काटने के बाद गिर गया, फिर और पूरा शरीर पे जितना शरीर है उधर सब चॉपर मार दिया. कुल कितने बार होंगे पूरे शरीर? 50 बार होंगे. कैसे मार? कैसे चॉपर होते, तलवार होते.
घराचे ते रिक्षा स्टँड भंडारी रिक्षा स्टँड रामचंद्र हॉटेलच्या इकडे. कितने लोक थे? 6 जण. ਮਨਿੰਦਰ ਜੀ, ਜਿੱਥੋਂ ਤੱਕ ਪਾਰਟੀ 'ਚੋਂ ਮੁਅੱਤਲ ਕਰਨ ਦੀ ਗੱਲ ਆ, ਤਾਂ 1.5 ਸਾਲ ਹੋ ਗਿਆ ਜਦੋਂ ਦੀ ਮੈਂ ਬਗਾਵਤ ਕੀਤੀ ਆ, ਔਰ ਆਪਣੇ ਲੋਕਾਂ ਦੇ ਹੱਕ ਨੂੰ ਮੱਦੇ ਨਜ਼ਰ ਰੱਖਦੇ ਹੋਏ, ਉਹਨਾਂ ਨੂੰ ਸਰਵੋਤਮ ਰੱਖਦੇ ਹੋਏ ਆ ਬਗਾਵਤ ਕੀਤੀ ਸੀ. ਔਰ ਮੈਂ ਤਾਂ ਉਸੇ ਦਿਨ ਤੋਂ ਹੀ ਕਹਿਤਾ ਸੀਗਾ ਕਿ ਮੈਂ ਲੋਕਾਂ ਦੇ ਨਾਲ ਹਾਂ, ਮੈਂ ਲੋਕਾਂ ਦੀ ਆਵਾਜ਼ ਬੁਲੰਦ ਕਰਨੀ ਆ, ਔਰ ਆਪਣੇ ਲੋਕਾਂ ਲਈ ਜਿਹੜੀ ਵੀ ਕੁਰਬਾਨੀ ਦੇਣੀ ਪਊਗੀ, ਇੰਦਰਵੀਰ ਬਲਾਰੀਆ ਤਿਆਰ ਆ. ਕਾਰਨ ਕੀ ਰਿਹਾ ਜੀ ਕਿ ਜਿਹੜਾ ਤੁਹਾਨੂੰ ਸਸਪੈਂਡ? ਜਦੋਂ ਮੈਂ ਫੈਸਲਾ ਕਰ ਲਿਆ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ, ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਮੈਨੂੰ ਮਨਜ਼ੂਰ ਨਹੀਂ ਆ, ਤੇ ਫਿਰ ਤੇ ਗੱਲ ਹੀ ਖਤਮ ਹੋ ਜਾਂਦੀ ਆ. ਪ੍ਰਧਾਨ ਉਹਨੇ ਰਹਿਣਾ, ਬਿਕਰਮ ਸਿੰਘ ਮਜੀਠੀਆ ਨੇ ਮਾਝੇ ਦੇ ਵਿੱਚ ਜਿਹੜਾ ਰਹਿਣਾ, ਤੇ ਫਿਰ ਸਾਡਾ ਤੇ ਕੋਈ ਗੱਲ ਹੀ ਨਹੀਂ ਆਈ. ਤੇ ਉਦੋਂ ਹੀ ਸਪਸ਼ਟ ਕਰਤਾ ਸੀ ਸਾਨੂੰ, ਇਹਨਾਂ ਬੰਦਿਆਂ ਦੀ ਲੀਡਰਸ਼ਿਪ ਮਨਜ਼ੂਰ ਨਹੀਂ ਆ, ਬਿਲਕੁਲ ਮਨਜ਼ੂਰ ਨਹੀਂ ਆ. ਮੈਨੂੰ ਤੇ ਬੇਸ਼ੱਕ ਉਦੋਂ ਹੀ ਮਤਲਬ ਕਰ ਦਿੰਦੇ ਜਾਂ ਡਿਸਮਿਸ ਕਰ ਦਿੰਦੇ, ਮੈਂ ਤੇ ਉਸੇ ਦਿਨ ਹੀ ਤਿਆਰ ਸੀਗਾ. ਮੇਰਾ ਮਨ ਜਿਹੜਾ ਉਹ ਸਾਫ਼ ਤੇ ਸਪਸ਼ਟ ਆ, ਮੈਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬਿਲਕੁਲ ਨਹੀਂ ਹੈਗਾ, ਨਾ ਸੀ ਨਾ ਹਾਂ, ਨਾ ਹੀ ਅੱਗੇ ਜਾਵਾਂਗਾ. ਮੈਂ ਸਾਰਿਆਂ ਨੂੰ ਵੇਖ ਰਿਹਾ, ਮੈਂ ਕੇਜਰੀਵਾਲ ਜੀ ਨੂੰ ਵੇਖ ਰਿਹਾ, ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਵੇਖ ਰਿਹਾ, ਰਾਹੁਲ ਗਾਂਧੀ ਜੀ ਨੂੰ ਵੇਖ ਰਿਹਾ, ਸਾਰਿਆਂ ਨੂੰ ਵੇਖ ਰਿਹਾ, ਔਰ ਸਾਰੇ ਆਪਣੀ ਆਪਣੀ ਗੱਲ ਰੱਖ ਰਹੇ ਆ. ਜਿਵੇਂ ਜਿਵੇਂ ਗੱਲ ਅੱਗੇ ਆਏਗੀ ਉਵੇਂ ਉਵੇਂ ਵੇਖਾਂਗੇ. ਸੀ ਰਾਈਟ ਨਾਓ ਆਈ ਡੋਂਟ ਵਾਂਟ ਟੂ ਗੈਟ ਇਨ ਟੂ ਆਮ ਆਦਮੀ ਪਾਰਟੀ ਔਰ ਕਾਂਗਰਸ. ਐਜ ਆਫ ਨਾਓ, ਐਜ ਐਨ ਇੰਡੀਵਿਜੁਅਲ, ਐਜ ਅ ਰਿਪ੍ਰੈਜੈਂਟੇਟਿਵ ਆਫ ਪੀਪਲ ਆਫ ਅੰਮ੍ਰਿਤਸਰ ਸਾਊਥ, ਯੂ ਨੋ ਆਈ ਐਮ ਐਨਾਲਾਈਜ਼ਿੰਗ ਬੋਥ ਦਾ ਪਾਰਟੀਜ਼, ਐਂਡ ਲੈਟ ਦਾ ਟਾਈਮ ਕਮ ਐਟ ਐਨ ਐਪਰੋਪ੍ਰੀਏਟ ਟਾਈਮ, ਯੂ ਨੋ ਆਈ ਵਿਲ ਟੇਕ ਦਾ ਕਾਲ, ਐਂਡ ਹੋਪਫੁਲੀ ਸੱਚੇ ਪਾਤਸ਼ਾਹ ਕਿਰਪਾ ਕਰੇ ਸਹੀ ਕਾਲ ਲਈਏ, ਅਤੇ ਚੰਗਾ ਜਿਹੜਾ ਜਿਹਦੇ ਨਾਲ ਲੋਕਾਂ ਦਾ ਭਲਾ ਹੋਵੇ, ਪੰਜਾਬ ਦਾ ਭਲਾ ਹੋਵੇ. ਵੇਖੋ, ਨਵਜੋਤ ਸਿੰਘ ਸਿੱਧੂ ਇੱਕ ਚੰਗਾ ਬੰਦਾ, ਇਹ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ ਵੀ ਉਹਨੇ ਸਹੀ ਕੰਮ ਕੀਤੇ ਆ, ਔਰ ਉਹਨੇ ਜਿਹੜਾ ਅਸਤੀਫਾ ਦਿੱਤਾ ਚੰਗਾ ਦਿੱਤਾ, ਇਹ ਸਮਾਂ ਸਮੇਂ ਦੀ ਲੋੜ ਸੀਗੀ, ਔਰ ਉਹਨੇ ਸਹੀ ਸਟੈਪ ਲਿਆ. ਅਫਕੋਰਸ ਯੈਸ, ਆਈ ਮੀਨ ਸੀ ਦ ਗਾਏ ਬਰੋਟ ਆਲ ਦੋਜ਼ ਗਲੋਰੀਜ਼ ਟੂ ਦ ਕੰਟਰੀ, ਯੂ ਨੋ ਹੀ ਹੈਜ਼ ਬੀਨ ਦੀ ਕੈਪਟਨ ਆਫ ਦੀ ਇੰਡੀਅਨ ਟੀਮ, ਐਂਡ ਹੀ ਰਿਪ੍ਰੈਜੈਂਟਡ ਇੰਡੀਆ ਇਨ ਓਲੰਪਿਕਸ. ਆਈ ਮੀਨ ਵਾਟ ਮੋਰ ਯੂ ਵਾਂਟ ਆਫ ਦ ਆਫ ਅ ਪਰਸਨ, ਯੂ ਨੋ ਇਟਸ ਅ ਡਿਸਗ੍ਰੇਸ ਔਨ ਦ ਪਾਰਟ ਆਫ ਸ਼੍ਰੋਮਣੀ ਅਕਾਲੀ ਦਲ ਟੂ, ਯੂ ਨੋ ਟੂ ਡੀਲ ਵਿਦ ਸੱਚ ਅ ਗਾਏ ਔਫ ਸੱਚ ਅ ਸਟੇਟਸ ਇਨ ਸੱਚ ਅ ਮੈਨ. ਮੀ ਟੈਲ ਯੂ, ਇਫ ਯੂ ਟਾਕ ਅਬਾਊਟ ਰੇਟਿੰਗ ਅਕਾਲੀ ਦਲ ਬੀਜੇਪੀ, ਆਈ ਥਿੰਕ ਔਨ ਦ ਸਕੇਲ ਆਫ 10, ਆਈ ਵੋਂਟ ਈਵਨ ਗਿਵ ਦੈਮ 1.5. ਐਂਡ ਆਈ ਬਿਲੀਵ, ਆਈ ਸਟਰੋਂਗਲੀ ਬਿਲੀਵ ਵੈਨ ਦੇ ਵਿਲ ਗੋ ਟੂ ਇਲੈਕਸ਼ਨ ਇਨ 2017, they will not even attain double digit, they will remain under 10. And you know, mere kehn di ya tusi puch liya sawal te mere dassan di gall ni hai, eh log inne ak gaye na to inna de raj to jo jo policies inna ne banaiyan, kyon jadon vi koi leader bunyadi cheezan to passe ho jayega, mool suvidhaavan den to passe ho jayega, aur vadde vadde bas imaratan khadiyan kariyan jaange, peen da pani haje nahi Punjab ch, ਸੜਕਾਂ ਹਜੇ ਨਹੀਂ ਪੰਜਾਬ 'ਚ ਜਿਹੜੀਆਂ, ਅੰਦਰ ਚਲ ਜਾਓ, ਇੰਟੀਰੀਅਰ 'ਚ ਚਲ ਜਾਓ, ਕਿਤੇ ਚਲ ਜਾਓ, ਤੁਸੀਂ ਕੋਈ ਕੋਨਸਟੀਟੁਐਂਸੀ ਲੈ ਲਓ, ਮੈਨੂੰ ਇੱਕ ਕੋਨਸਟੀਟੁਐਂਸੀ ਦੱਸ ਦਿਓ ਪੰਜਾਬ 'ਚ 100% ਡਿਵੈਲਪਡ ਕਿਹੜੀ ਆ. ਮਾੜਾ ਪਤਾ ਹੀ ਆ,
ਜਿਹੜੇ ਉਹਨਾਂ ਦੇ ਬੇਟੇ ਨੇ, ਇੱਕ ਦੁਰਯੋਧਨ ਅਤੇ ਇੱਕ ਸ਼ਕਣੀ ਆ, ਦੋਵੇਂ ਮੜੇ। ਸ਼ਕਣੀ ਬਿਕਰਮ ਸਿੰਘ ਮਜੀਠੀਆ, ਇਹ ਦੱਸਣ ਦੀ ਲੋੜ ਹੀ ਨਹੀਂ ਹੈ। ਜਿਵੇਂ ਜਿਵੇਂ ਸ਼ਕਣੀ ਆ ਕੇ ਮਹਾਂਭਾਰਤ ਵਿੱਚ ਆਪਣੇ ਜੀਜੇ ਦੇ ਘਰ ਬਹਿ ਗਿਆ ਸੀ, ਇਹ ਵੀ ਆ ਕੇ ਇਹਨਾਂ ਦੀਆਂ ਜੜ੍ਹਾਂ 'ਚ ਉੱਦਾਂ ਹੀ ਬੈਠਾ। ਬਿਲਕੁਲ ਡਾਊਨਫਾਲ ਰੁਲ ਗਈ ਹੈ ਇਹਦੇ ਕਰਕੇ। ओमकार ने अपनी कॉर्पोरेट नीति के माध्यम से स्वयं को समाज के व्यापक हित के लिए सामाजिक उत्तरदायित्व के प्रति वचनबद्ध किया है। ओमकार मुंबई में झोपड़पट्टी विकास के क्षेत्र में अव्वल कंपनी मानी जाती है और न केवल झोपड़पट्टी धारकों को उच्च दर्जे के मकान दिए हैं, बल्कि अपनी सामाजिक जिम्मेदारी का ध्यान रखते हुए ओमकार ने बीते 2 वर्षों में ओमकार फाउंडेशन के माध्यम से समय समय पर कई कार्यक्रम झोपड़पट्टी वासियों के विकास के लिए रखे, ताकि वे भी एक समाज का हिस्सा बने रहें। ओमकार फाउंडेशन ने व्यवसायिक प्रशिक्षण प्रदान करना, कौशल विकास, स्वास्थ्य एवं परिवार कल्याण, स्वच्छता एवं लोक स्वास्थ्य के अलावा अन्य कई कार्यक्रम गरीब तबकों के लोगों के लिए ओमकार के अलग अलग कंस्ट्रक्शन साइट जैसे मलाड, भोईवाड़ा, पार्क साइड, विक्रोली, वर्ली में रखे। जोगेश्वरी के मजासवाड़ी की जनता के लिए ओमकार फाउंडेशन नियमित रूप से कार्यक्रम रखते हैं। ईद के शुभ अवसर पर उन्होंने मजासवाड़ी में नागरिकों के लिए अनोखा कार्यक्रम रखा था। ये था खुशियों से भरे कई कार्यक्रम, जैसे महिलाओं के लिए मेहंदी, बच्चों के लिए खेल कूद का क्षेत्र, रोजे के बाद इफ्तार, चांद देखने के लिए टेलीस्कोप, गिफ्ट इत्यादि। 2 दिन के इस कार्यक्रम में कई लोग शामिल हुए और सभी ने ईद के त्योहार का बड़े अनोखे तरीके से लुत्फ उठाया। मजासवाड़ी की जनता को इस तरह से ईद मनाने का मौका केवल ओमकार फाउंडेशन ने दिलाया और वहाँ के बड़े बुजुर्ग, बच्चे और महिलाओं ने ओमकार के बाबूलाल वर्मा की काफी सराहना की। टाइम न्यूज टीम, मुंबई।